ਮੈਂ ਫਸਿਆ ਤੇ ਉਹਦਾ ਨਹੀਂ ਮਾਫ ਕੀਤਾ। ਉਹਦੇ ਜੇਲ੍ਹ ਤੋਂ ਨਿਕਲਿਆ ਬਾਦਲ ਦੀ ਜੇਲ੍ਹ ਤੋਂ ਨਿਕਲਿਆ ਜਾਇਦਾਦ। ਸ਼੍ਰੀ ਫਤਿਹਗੜ੍ਹ ਸਾਹਿਬ ਸ਼ਹੀਦੀ ਜੋੜ ਮੇਲੇ ਦੇ ਆਖਰੀ ਦਿਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਵੇਂ ਬਣੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਜਦੋਂ ਕੌਮ ਦੇ ਨਾਮ ਆਪਣਾ ਸੰਦੇਸ਼ ਦੇਣਾ ਚਾਹਿਆ ਤਾਂ ਸਿੱਖ ਸੰਗਤ 'ਚੋਂ ਇੱਕ ਵਿਅਕਤੀ ਨੇ ਉਹਨਾਂ ਦੇ ਸੰਦੇਸ਼ 'ਚ ਵਿਘਨ ਪਾਉਣਾ ਸ਼ੁਰੂ ਕਰ ਦਿੱਤਾ, ਜਿਸ ਨੂੰ ਲੈ ਕੇ ਉੱਥੋਂ ਦੇ ਸੇਵਾਦਾਰਾਂ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕਰਦਿਆਂ ਪੰਡਾਲ 'ਚੋਂ ਬਾਹਰ ਕਰ ਦਿੱਤਾ ਤਾਂ ਕਾਫ਼ੀ ਘਮਸਾਨ ਮੱਚ ਗਿਆ ਅਤੇ ਸੰਗਤਾਂ 'ਚ ਪੱਗ ਦੌੜ ਮੱਚ ਗਈ। ਪੰਡਾਲ ਤੋਂ ਬਾਹਰ ਆ ਕੇ ਸਿੱਖ ਵਿਅਕਤੀ ਨੇ ਬੋਲਦਿਆਂ ਕਿਹਾ ਕਿ ਬਾਦਲਾਂ ਦੀ ਜੇਬ 'ਚੋਂ ਨਿਕਲਿਆ ਜਥੇਦਾਰ ਸਿੱਖ ਕੌਮ ਦੇ ਨਾਮ ਸੰਦੇਸ਼ ਨਹੀਂ ਜਾਰੀ ਕਰ ਸਕਦਾ, ਉਹ ਬੇਅਦਬੀ ਮਾਮਲੇ ਨੂੰ ਲੈ ਕੇ ਬਾਦਲ ਨੂੰ ਫਰਮਾਨ ਕਿਉਂ ਜਾਰੀ ਨਹੀਂ ਕਰਦੇ, ਆਓ ਸੁਣਦੇ ਹਾਂ ਹੋਰ ਉਹਨਾਂ ਨੇ ਕੀ ਕਿਹਾ। ਤਾਂ ਸਤਿਗੁਰ ਦੀ ਕਿਰਪਾ ਦੇ ਨਾਲ ਇਹਨਾਂ ਲੋਕਾਂ ਨੂੰ ਪਹਿਲਾਂ ਦੱਸੋ ਵੀ ਜੇ ਗਰਵਜਨਾ ਬਾਦਲ ਕੀ ਕਰੀਏ ਦੱਸੋ ਕੀ ਕੀ ਸਵਾਲ ਸੇ ਕਹਾ ਮੈਂ ਕਹਿੰਦਾ ਸਰ ਸਾਹਿਬ ਪਿਓ ਦਾ ਹੀ ਮਾਫ ਕੀਤਾ ਬਾਦਲ ਉਹਦੇ ਜੇਲ੍ਹ ਤੋਂ ਨਿਕਲਿਆ ਬਾਦਲ ਦੀ ਜੇਲ੍ਹ ਤੋਂ ਨਿਕਲਿਆ ਜਾਇਦਾਦ ਸਾਡੀ ਜਥੇਬੰਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅਸੀਂ ਕਿੱਥੋਂ ਆਏ ਹਾਂ ਅਸੀਂ ਕਿਹੜੀ ਜਗ੍ਹਾ ਤੋਂ ਆਏ ਜਥੇ ਜਿਹੜੀਆਂ ਜਥੇਬੰਦੀਆਂ ਦਾ ਅਧੀਨ ਹੋ ਗਿਆ ਇਹਨਾਂ ਦੇ ਜਿਹੜਾ ਦੀ ਗੱਲ ਕਰਦਾ ਕੁਰਸੀਆਂ ਮਿਲ ਗਈਆਂ ਫੁੱਲਾਂ ਦੇ ਹਾਰ ਮਿਲਣਗੇ ਸਰਕਾਰ ਸਾਡੇ ਵਰਗਿਆਂ ਦਾ ਮਾਰ ਪਊਗੀ ਗੱਲ ਕਰਾਂ ਕਿਹੜੀ ਜਗ੍ਹਾ ਤੋਂ ਆਏ ਬਸ ਜਗ੍ਹਾ ਸਤਿਗੁਰ ਸੱਚੇ ਪਾਤਸ਼ਾਹ ਤੁਸੀਂ ਦੇਖੋ ਇੱਥੇ ਅਕਾਲੀ ਫੂਲਾ ਸਿੰਘ ਦੀ ਥਾਂ ਦੇ ਉੱਤੇ ਨਾ ਅਕਾਲੀ ਫੂਲਾ ਸਿੰਘ ਜਥੇਦਾਰ ਨੇ ਜੇ ਗਲਤੀ ਕੀਤੀ ਭੁੱਲ ਕੀਤੀ ਕਿਹਨੇ ਰਾਜੇ ਰਣਜੀਤ ਸਿੰਘ ਨੇ ਤੇ ਉੱਥੇ ਖੜਾ ਕਰ ਲਿਆ ਹਾਜ਼ਰ ਮਾਫ਼ੀ ਮੰਗਣੀ ਪਈ ਤੇ ਗੁਰਮੁਖ ਪਿਆਰਿਓ ਇਹ ਜੀ ਉਹਦੀ ਥਾਂ ਤੇ ਅਕਾਲੀ ਫੂਲਾ ਸਿੰਘ ਆਪਣਾ ਅਕਾਲ ਦਾ ਜਥੇਦਾਰ ਹੈ ਤੇ ਫਿਰ ਇਹ ਕਿਉਂ ਨਹੀਂ ਸਜ਼ਾ ਲਾਉਂਦਾ ਬਾਦਲ ਨੂੰ ਸਜ਼ਾ ਲਾਵੇ ਸੁਖਬੀਰ ਬਾਦਲ ਨੂੰ ਲਾਵੇ ਜਿਹੜੇ ਸ਼੍ਰੋਮਣੀ ਕਮੇਟੀ ਦੇ ਨੇ ਜਿਹੜਾ ਆਪਣਾ ਜਿਹੜਾ 99 ਲੱਖ ਰੁਪਈਆ 99 ਲੱਖ ਗੋਲਕ ਦੇ ਵਿੱਚੋਂ ਲੱਗਿਆ ਤੇ ਸਰਸੜੇ ਬਾਬੇ ਨੂੰ ਮਾਫ਼ ਕਰਨ ਦਾ ਵੀ ਪ੍ਰਚਾਰ ਕੀਤਾ ਜਾ ਰਿਹਾ ਪ੍ਰਚਾਰ 99 ਲੱਖ ਗੋਲਕ ਦੇ ਪੈਸੇ ਲੱਗੇ ਮਹਾਂ ਗੁਰਮੁਖ ਪਿਆਰੇ ਹੋ ਸਾਰਾ ਉਹਨਾਂ ਨੇ ਇਸ਼ਾਰੇ ਆ ਭਾਈ ਸ੍ਰੀਨਗਰ ਵਾਲਾ ਭਾਈ ਆਪਣਾ ਮਨਿੰਦਰ ਰਜਿੰਦਰ ਸਿੰਘ ਤੇ ਉਹਨੇ ਸ਼ਬਦ ਪੜ੍ਹਿਆ ਉਹਨੂੰ ਬੰਦ ਕਰ ਦਿੱਤਾ ਕੱਲ੍ਹ ਨੂੰ ਹੁਣ ਉਹ ਬੋਲ ਨਹੀਂ ਸਕਦਾ ਜਿਹੜਾ ਵੀ ਬੋਲਦਾ ਉਹ ਸਟੇਜ 'ਤੇ ਗੱਲ ਨਹੀਂ ਕਰ ਸਕਦਾ ਸੰਗਤ ਵਿੱਚ ਗੱਲ ਨਹੀਂ ਕਰ ਸਕਦਾ ਅਤੇ ਜਿਹੜਾ ਗੁਰਮੁਖ ਪਿਆਰੇ ਹੋ ਇਹਨਾਂ ਦੀ ਚੱਪਲਾਂ ਚੜ੍ਹਦਾ ਇਹਨਾਂ ਦਾ ਨਗਰ ਚੱਲਦਾ ਇਹਨਾਂ ਦੀ ਆਗਿਆ ਵੀ ਚੱਲਦਾ ਹੈ ਅਤੇ ਉਹ ਭਾਈ ਜਿੱਥੇ ਮਰਜ਼ੀ ਭਾਵੇਂ ਉਹ ਮਹਾਂ ਪਿਆਰੇ ਸਾਰਾ ਕਸੂਰ ਹੀ ਬਾਦਲਾਂ ਦਾ ਕਿਹਨੂੰ ਨਹੀਂ ਪਤਾ ਸਭ ਦਾ ਇਹਨਾਂ ਨੂੰ ਕਿਹੜੀ ਸੰਗਤ ਨੂੰ ਨਹੀਂ ਪਤਾ ਬਾਦਲ ਕਿਹਦਾ ਕਸੂਰ ਸਭ ਨੂੰ ਪਤਾ ਮੁਲਾਜ਼ਮ ਨੇ ਪੁਲਿਸ ਮੁਲਾਜ਼ਮ ਖੜ੍ਹੇ ਹੋਣਗੇ ਇੱਥੇ ਵਿੱਚ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਖੜ੍ਹੇ ਸਭ ਨੂੰ ਪਤਾ ਪਰ ਕਾਰਨ ਕੀ ਸਭ ਨੂੰ ਇਹ ਡਾਇਰਾ ਕਦੇ ਮੇਰੀ ਡੋਕਰੀ ਨਾ ਚੱਲੀ ਜਾਵੇ ਇੱਕ ਵਾਰ ਬੋਲ ਕੇ ਦੱਸ ਦਿਓ ਕਿਹੜੇ ਕਿਹੜੇ ਕਸੂਰ ਗੁਰੂ ਪਿਆਰੇ ਜਿਹੜਾ ਆ ਜਿਹੜਾ ਹੁਣ ਆਹ ਬੋਲਿਆ ਜਿਹੜਾ ਪ੍ਰਧਾਨ ਜਿਹਨਾਂ ਨੂੰ ਜਿਹੜਾ ਪ੍ਰਧਾਨ ਬੋਲਿਆ ਗੋਬਿੰਦ ਇਹ ਖੁਦ ਜਾ ਕੇ ਬਾਬਾ ਆਪਣੇ ਸਰਸੜੇ ਬਾਬੇ ਦੇ ਪੈਰਾਂ 'ਚ ਬਹਿੰਦਾ ਸੀ ਸਰਸੜੇ ਬਾਬੇ ਦੇ ਪੈਰਾਂ 'ਚ ਬਹਿੰਦਾ ਸੀ ਪਿੱਛੇ ਜੇ ਮਾਫ਼ੀ ਮੰਗੀ ਇਹਨੂੰ ਸਾਡਾ ਤਾਂ ਮਾਫ਼ੀ ਮੰਗ ਤੇ ਇਹਨੂੰ ਪ੍ਰਧਾਨ ਬਣਾਤਾ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣ ਗਿਆ ਸ਼੍ਰੋਮਣੀ ਕਮੇਟੀ ਦਾ ਅਤੇ ਹੁਣ ਆਹ ਜਿਹੜਾ ਬਾਦਲ ਦੀ ਜੇਬ 'ਚੋਂ ਨਿਕਲਿਆ ਇਹ ਵੀ ਜਿਹੜਾ ਜਥੇਦਾਰ ਜ਼ਿਆਦਾ ਕਰੇ ਅੱਡ ਇੱਥੋਂ ਇੱਥੇ ਆਰਡਰ ਕਰੇ ਕਿ ਮੈਂ ਸਜ਼ਾ ਸੁਣਾਉਣਾ ਇਹਨਾਂ ਬਾਦਲ ਪਰਿਵਾਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਕਰਨੈਲ ਸਿੰਘ ਪੰਜੋਲੀ ਨੇ ਕਿਹਾ ਕਿ ਜਿਸ ਸਥਾਨ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਵਨ ਸਰੂਪ ਮੌਜੂਦ ਹੋਵੇ ਉੱਥੇ ਕਿਸੇ ਵੀ ਸਿੱਖ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ। ਪਹਿਲੀ ਗੱਲ ਤਾਂ ਇਹ ਹੈ ਵੀ ਜਿੱਥੇ ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸਰੂਪ ਪ੍ਰਕਾਸ਼ ਹੋਣ ਉੱਥੇ ਕਿਸੇ ਵੀ ਸਿੱਖ ਨੂੰ ਇਹੋ ਜਿਹੀ ਗਲਤੀ ਨਹੀਂ ਕਰਨੀ ਚਾਹੀਦੀ ਜਿਹੀ ਜਿਹੀ ਉਹ ਸਿੰਘ ਨੇ ਕੀਤੀ ਹੈ। ਉਹ ਜੇ ਉਹਦੀ ਕੋਈ ਗਲਤ ਫਹਿਮੀ ਹੈ ਜੇ ਕੋਈ ਉਹ ਸ਼ੰਕਾ ਉਹਦਾ ਹੈਗਾ ਸੀ ਤਾਂ ਉਸ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਬਾਅਦ ਵਿੱਚ ਪੁੱਛ ਕੇ ਉਹ ਸ਼ੰਕੇ ਨੂੰ ਨਿਵਰਤ ਕਰ ਲੈਣਾ ਚਾਹੀਦਾ ਸੀ ਅਤੇ ਇੱਦਾਂ ਨਹੀਂ ਸੀ ਮਤਲਬ ਘੱਟੋ ਘੱਟ ਐਡੀ ਵੱਡੀ ਸ਼ਹਾਦਤ ਐਡੀ ਮਹਾਨ ਪਵਿੱਤਰ ਥਾਂ
ਜਿੱਥੇ ਸਾਹਿਬਜ਼ਾਦਿਆਂ ਦੇ ਪਵਿੱਤਰ ਮ੍ਰਿਤਕ ਸਰੀਰਾਂ ਦਾ ਸੰਸਕਾਰ ਹੋਇਆ, ਉੱਥੇ ਇਹੋ ਜਿਹੀ ਹੁੱਲੜਬਾਜ਼ੀ ਕਰਨੀ ਬਿਲਕੁਲ ਗਲਤ ਹੈ, ਨਿੰਦਣਯੋਗ ਹੈ। ਜ਼ਿਕਰਯੋਗ ਹੈ ਕਿ ਜਦੋਂ ਦਾ ਗਿਆਨੀ ਹਰਪ੍ਰੀਤ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਥਾਪਿਆ ਗਿਆ, ਉਦੋਂ ਤੋਂ ਹੀ ਸਿੱਖ ਸੰਗਤਾਂ ਵੱਲੋਂ ਇਸ ਜਥੇਦਾਰ ਨੂੰ ਨਕਾਰ ਦਿੱਤਾ ਗਿਆ ਸੀ ਤੇ ਉਹ ਜਗਤਾਰ ਸਿੰਘ ਹਵਾਰਾ ਨੂੰ ਹੀ ਆਪਣਾ ਜਥੇਦਾਰ ਮੰਨਦੇ ਨੇ, ਜਿਸ ਨੂੰ ਲੈ ਕੇ ਗਿਆਨੀ ਹਰਪ੍ਰੀਤ ਸਿੰਘ ਨੂੰ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ। ਸ੍ਰੀ ਫਤਿਹਗੜ੍ਹ ਸਾਹਿਬ ਤੋਂ ਬਹਾਦਰ ਟਿਵਾਣਾ ਦੀ ਰਿਪੋਰਟ, ਚੈਨਲ ਪੰਜਾਬ।